15 ਤੋਂ 15 ਦਾ ਟਾਈਮ ਹੈ ਜੀ, ਨੋਟ ਕਰ ਲਓ ਕਰਨੇ ਤੇ ਨਹੀਂ ਬਣਿਆ ਹੋਇਆ। ਬਾਪੂ ਵੀਰ ਗਰਾਊਂਡ ਤੋਂ ਕੋਈ ਨਾ ਹੋਵੇ ਤਾਂ ਉਸ ਵੇਲੇ ਪਾਲੀ ਨੇ ਪਹਿਲੀ ਕਬੱਡੀ ਪਾਈ ਦੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਦਾ ਖੇਡਾਂ ਨੂੰ ਜੋ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਬਸਤੀ ਲੋਕੋ ਜੋ ਨਜ਼ਾਨ ਪੰਜਾਬੀਆਂ ਦੀ ਰਿਤ ਮਦਾਨੇ ਧਰਨਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ। ਆਹ ਮੁੰਡੇ ਦਾ ਕਹਿੰਦੇ ਪਾਕਿਸਤਾਨ ਦੇ ਬਾਰਡਰ ਤੇ ਪਿੰਡ ਹੈ ਇਹ, ਅੰਬਲਕਾਣੇ ਵਾਲਾ ਸਤਨਾਮ ਕਬੱਡੀ ਬੋਰਡ ਦੇ ਨੇ ਵਧਿਆ ਹੋਇਆ। ਇੱਕ ਪਾਸੇ ਪਾਈ ਆ ਕਬੱਡੀ, ਚਾਰ ਜਾਫੀ ਨੇ ਸੋਨੀ ਬੱਬੀ ਤੇ ਨਾਲ ਗੁਰਪ੍ਰੀਤ ਵਰਗੇ ਆਹ ਮੁੰਡਾ ਸੋਨੀ ਹੈ ਤੇ ਪੁਆਇੰਟ ਟ੍ਰੇਡਰ ਦੇ ਖਾਤੇ ਜਿਹੜੇ ਹੈ ਐਨ ਮੁੰਡੇ ਨੇ ਉਂਗਲ ਖੜੀ ਕਰ ਦਿੱਤੀ ਹੈ ਪੁਆਇੰਟ ਲੈ ਕੇ। ਕਬੱਡੀ ਦੇ ਸਟਾਰਾਂ ਦਾ ਧੰਨਵਾਦ ਹੈ ਕਿਉਂਕਿ ਰਾਜਸਥਾਨ ਦੀਆਂ ਟੀਮਾਂ ਦੇ ਵਿੱਚ ਬਹੁਤ ਵੱਡਾ ਨਾਂ ਹੈ ਇਹਨਾਂ ਖਿਡਾਰੀਆਂ ਦਾ। ਆਹ ਮੁੰਡਾ ਕਬੱਡੀ ਉਤਾਰੇ ਖੋਲ ਮਟੋਲ ਚਾਰੇ ਪਾਸੇ ਆੜ੍ਹਦੀਆਂ ਦੇ ਸਿਰਾਣੇ ਵਰਗਾ ਪਿਆ, ਇਹ ਆ ਹਿੰਦਾ ਕਬੱਡੀ ਬੋਰਡ ਹੈ। ਚਾਰ ਜਾਫੀਆਂ ਵਿੱਚੋਂ ਮਣੀ ਦਾ ਮੁਕਾਬਲਾ ਹੋਇਆ, ਇਹ ਬੱਲੇ ਜਵਾਨਾ ਬੱਲੇ ਜਵਾਨਾ ਉਹ ਪਾਓ ਮੁੰਡਿਆ, ਕਿਉਂਕਿ ਰੈਫਰੀ ਸਾਹਿਬ ਚ ਅੜਕ ਗਿਆ ਨੌਜਵਾਨ। ਚਲੋ ਕੋਈ ਗੱਲ ਨੀ, ਪੁਆਇੰਟ ਇਸ ਵੇਲੇ ਜਾਫੀਆਂ ਦਾ ਜੀ, ਪੁਆਇੰਟ ਜਾਫੀਆਂ ਦਾ ਜੀ। ਅਗਲੀ ਕਬੱਡੀ ਬੋਰਡ ਦੇ ਲਈ ਖੇਡਾਂ ਖੇਡ ਮੈਦਾਨ ਵਿੱਚ ਬੜਿਆ ਹੋਇਆ ਦਸ ਡਬਲੂ ਪਿੰਡ ਨੌਜਵਾਨ ਦਾ ਕਬੱਡੀ ਕੱਪਾਂ ਦੀ ਸ਼ਾਨ ਇਸ ਵੇਲੇ ਖੇਡਾਂ ਕਬੱਡੀ ਪਾ ਰਿਹਾ ਕਿ ਜੰਗ ਦਾ ਮੈਦਾਨ ਵੀ ਜਿੱਤਦੀ ਏ ਫੌਜ, ਜੰਗ ਦਾ ਮੈਦਾਨ ਵੀ ਜਿੱਤਦੀ ਏ ਫੌਜ, ਜਿਹਦੇ ਕੋਲ ਚੰਗੇ ਹਥਿਆਰ ਹੁੰਦੇ ਆ ਛੇਤੀ ਹੀ ਕੌਮਦਾਰ ਪਿੱਛੇ ਚਲੀ ਜਾਂਦੀ, ਜਿਹੜੀ ਕੌਮ ਵਿੱਚ ਲੀਡਰ ਗਦਾਰ ਹੁੰਦੇ ਆ ਟੰਗ ਵਾਲੇ ਵਾਲੇ ਉਹ ਗੱਡੀ ਚੜ੍ਹਦੀ ਬੰਦੇ ਦੀ, ਜਦੋਂ ਯਾਰੀਆਂ ਨਿਭਾਉਣ ਵਾਲੇ ਯਾਰ ਹੁੰਦੇ ਆ ਜਿਹੜੇ ਨਸ਼ੇ ਤੋਂ ਬਚ ਕੇ ਜਵਾਨੀ ਸਾਂਭ ਲੈਂਦੀ ਉਹ ਮੁੰਡੇ ਸਿੱਧੂ ਹੈ ਕਿ ਸਟਾਰ ਹੁੰਦੀ ਹੈ। ਇਹ ਕਬੱਡੀ ਦੇ ਸਟਾਰ ਹੈ ਪਾਲੀ ਦੀ ਰੇਡ ਵੀ ਸਮਾਇਲ ਰਾਵੇ ਕੋਈ ਚੁੱਪਾ ਗੱਲ ਕਰਦੀ ਨਾ ਰਹੀ, ਪਰ ਹੁਣ ਦੇ ਪਾਉਂਦੇ ਕੌਣ ਮਣੀ ਮਣੀ ਤੇ ਪਾਲੀ ਪਾਲੀ ਤੇ ਮਣੀ ਯਾਰ ਦੋ ਦੌੜੀਆਂ ਉਹ ਪਾਓ ਮੁੰਡਿਆ ਮਾਰ ਦੋ ਪਾਣੀਆਂ ਇਹ ਬੱਲੇ 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 ਇੱਥੇ ਬੈਠਾ ਪੁਆਇੰਟ ਰੇਡਰ ਦਾ ਮੁੰਡਾ 40 ਪਾਟੀਆਂ ਨੂੰ ਜਾ ਕੇ ਰਹਿ ਗਿਆ ਐ ਲੈਵੇ ਗੁਰਵਿੰਦਰ ਵੀਰ ਇਹਨੂੰ ਸਿਰਾ ਹੋਇਆ ਇਸ ਪੁਆਇੰਟ ਦੀ ਅਗਲੀ ਰੇਡ ਵੀ ਸਤਨਾਮ ਪਾਉਣ ਦੇ ਲਈ ਬਣਿਆ ਹੋਇਆ। ਕੱਲ ਨੂੰ ਕੁਸ਼ਤੀ ਦੇ ਵਿੱਚ ਬਹੁਤ ਵੱਡੇ ਮਾਲੇ ਚ ਪੁੱਜਣਗੇ, ਕਬੱਡੀ ਕਹਿੰਦੇ ਸਤਨਾਮ ਨਾਲ ਜਾਣਦੀ ਹੈ, ਇੱਕ ਡੱਗੋ ਰਾਣੇ ਦੀ ਧਰਤੀ ਦਾ ਸਤਨਾਮ ਕਹਿੰਦੇ ਯਾਰ ਹੀ ਰੱਖਦਾ ਢੀਮਾ ਜੀ ਦੇ ਰਮਦੀਪ ਦੇ ਨਾਲ, ਤਾਂ ਹੁਣ ਦੇਖੋ ਸਤਨਾਮ ਤੇ ਕਬੱਡੀ। ਆ ਕਬਰੂ ਕਹਿੰਦੇ ਸਤਨਾਮ ਸਿੰਘ ਹੈ ਜਿਹੜਾ ਪੁਆਇੰਟ ਆਪਣੀ ਟੀਮ ਦੀ ਖਾਤੇ ਇਸ ਸਮੇਂ ਲੱਖਾਂ ਦਾ ਅੰਕ ਜੋੜਦਾ ਹੋਇਆ, ਬੜਾ ਧੰਨਵਾਦ ਬੂਟੇ ਵਰਗੇ ਸਾਡੇ ਯਾਰਾਂ ਦਾ। ਅਗਲੀ ਰੇਡ ਹਿੰਦਾ ਨਾਮ ਹੈ ਇਸ ਕਬਰੂ ਦਾ, ਹਿੰਦੇ ਦੀ ਕਬੱਡੀ ਪਾਉਣ ਦੇ ਲਈ ਵਧਿਆ ਚਾਰ ਜਾਫੀਆਂ ਨੂੰ ਟੱਚ ਕੀਤਾ ਮਣੀ ਨੂੰ ਟੱਚ ਅਤੇ ਪੁਆਇੰਟ ਹਿੰਦੇ ਨੌਜਵਾਨ ਦਾ। ਅਗਲੀ ਰੇਡ ਨੌਜਵਾਨ ਖੇਡਾ ਕਬੱਡੀ ਪਾ ਰਿਹਾ ਮੇਰੇ ਵੀ, ਅੱਜ ਸੋਨਾ ਕਹਿੰਦੇ ਜਾਫਲਾਂ ਦੇ ਵਿੱਚ ਲੱਗਿਆ ਹੋਇਆ, ਇਹ ਤਾਂ ਕਹਿੰਦੇ ਟੌਪ ਦਾ ਧਾਵੀ ਹੈ ਕਬੱਡੀ ਖੇਡੇ ਨੌਜਵਾਨ ਦੀ ਹੈ। ਚਾਰ ਜਾਫੀ ਹੈ ਕਿਸੇ ਦੇ ਟਾਣਾ ਤੇ ਟਾਣਾ ਜਿਹੜਾ ਫਿੱਟੇ ਨੂੰ ਰੋਕ ਸਕੇ, ਦਸ ਡਬਲੂ ਪਿੰਡ ਹੈ ਨੌਜਵਾਨ ਦਾ, ਰਾਜਸਥਾਨ ਪੁਲਿਸ ਦੇ ਮੁਲਾਜ਼ਮ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਾਂਗੇ। ਓ ਵਾਹ ਜੇ ਮੈਚ ਵਧੀਆ ਲੱਗਾ ਯਾਰ ਇੱਕ ਤਾੜੀ ਮਾਰ ਦਿਓ ਦੋਨੋਂ ਟੀਮਾਂ ਦੇ ਨਾਂ ਤੇ, ਬਹੁਤ ਬਹੁਤ ਧੰਨਵਾਦ ਆ ਸਾਰੇ ਦਰਸ਼ਕਾਂ ਦਾ। ਪਾਲੀ ਦੀ ਰੇਡ ਹੈ, ਪਾਲੀ ਕਬੱਡੀ ਪਾ ਰਿਹਾ ਕਰਨੀ ਸਰ ਦਾ ਧਰਤੀ ਦਾ, ਕਦੇ ਗੰਗਾ ਨਗਰ ਵੀਕੇ ਸਿਟੀ ਦਾ ਬੈਸਟ ਰੇਡਰ ਹੈ, ਕਦੇ ਕੈਸਿੰਗਪੁਰ ਦੇ ਕਬੱਡੀ ਕੱਪ ਦਾ ਬੈਸਟ ਹੈ, ਅਨੇਕਾਂ ਟੂਰਨਾਮੈਂਟਾਂ ਦਾ ਬੈਸਟ ਹੈ, ਸਾਹਮਣੇ ਸਮਾਇਲ ਇਹ ਨੌਜਵਾਨ ਹਨੂੰਮਾਨਗੜ੍ਹ ਦੇ ਕਬੱਡੀ ਕੱਪ ਦਾ ਬੈਸਟ ਹੈ, ਇੱਥੇ ਰੱਖ ਡਬਲ ਪੱਚ ਹੈ ਤੇ ਪੁਆਇੰਟ ਕਹਿੰਦੀ ਰੇਡਰ ਦੀ ਗਲਤੀ ਜੁੜਦਾ ਹੋਇਆ, ਰੈਫਰੀ ਜਾਣ ਬੁੱਧ ਕੇ ਗਲਤੀ ਨਹੀਂ ਕਰਦਾ, ਜੇ ਹੋਵੇ ਤਾਂ ਉਹਨੂੰ ਪੂਰ ਦਿੰਦਾ, ਜਿਹੜਾ ਖਿਡਾਰੀ ਮਾਰੇ ਢੌਲ ਦੀ ਥਾਂ ਤੇ ਲੱਕੜ ਹੈ ਸਿਆਣਾ ਰੈਫਰੀ ਉਹਨੂੰ ਢੂਰ ਦਿੰਦਾ, ਜਿਹੜੇ ਜਾਫੀ ਨੇ ਚੰਗਿਆ ਹੋਵੇ ਮਾਂ ਦਾ ਦੁੱਧ ਮਾਰ ਕੇ ਕਲੈਂਚੀ ਰੇਡਰ ਨੂੰ ਨੂਰ ਦਿੰਦਾ ਉਹ ਮੱਖਣ ਬਰਾਲਾ, ਕਦੇ ਕਿਹੋ ਜਿਹਾ ਦਿਨ ਆਉਂਦਾ ਹੈ ਕਿ ਪਊਆ ਬੋਤਲ ਨੂੰ ਵੱਧ ਸਰੂਰ ਦਿੰਦਾ। ਇਸ ਵੇਲੇ ਹੁਣ ਦੇਖਾਂਗੇ ਉਹ ਪਾਓ ਮੁੰਡਿਆ ਪੁਆਇੰਟ ਟ੍ਰੇਡਰ ਦਾ, ਵੀਰੇ ਪੁਆਇੰਟ ਟ੍ਰੇਡਰ ਦੇ ਖਾਤੇ ਆ ਇੱਥੇ ਲੱਗ ਕੇ ਤਾਂ ਘੁੰਮ ਗਿਆ।
ਕੰਪਲੀਟਰ ਦੇ ਖਾਤੇ ਹੈ ਬਹੁਤ ਵਧੀਆ ਮੈਚ ਦਾ ਆਗਾਜ਼ ਇਸ ਵੇਲੇ ਹੋਇਆ ਹੈ ਅਗਲੀ ਰੇਡ ਖਿੰਦਾ ਨਾਮ ਇੱਕ ਫੱਕਰ ਝੰਡਿਆਂ ਦੀ ਧਰਤੀ ਦਾ ਵੱਡਾ ਨਾਮ ਕਬੱਡੀ ਦੇ ਵਿੱਚ ਹੈ ਬੱਟੇ ਕਲੀਰਾਂ ਦੀ ਗੱਲ ਹੁੰਦੀ ਹੈ ਤਾਂ ਕਬੱਡੀਆਂ 5.5 ਲੱਖ ਦੀਆਂ 3 ਕਬੱਡੀਆਂ ਪਈਆਂ ਮਾਨੋ ਵਾਲੇ ਜੀਵਨ ਦੀਆਂ ਇਹ ਦਰਸ਼ਕਾਂ ਨੇ ਬੱਬਾ ਭਾਰ ਹੋ ਕੇ ਦੇਖਿਆ ਹੈ ਕਨੇਡਾ ਵਿੱਚ ਪਾਲੇ ਨੇ 8 ਲੱਖ ਦਾ ਇਜਾਫਾ ਲਾ ਕੇ ਕਹਿੰਦੇ ਧੰਨ ਕਰਵਾਈ ਹੈ ਲਾਹੌਰ ਦੇਖਾਂਗੇ ਜੱਫਾ ਪੜਾ ਚੁੱਕਿਆ ਇਹ ਨੌਜਵਾਨ ਸਮਾਈਲ ਇਸ ਵੇਲੇ ਜੱਫਾ ਲਾ ਰਿਹਾ ਹੈ ਬਹੁਤ ਵਧੀਆ ਜਾਫੀ ਪੁਆਇੰਟ ਆਪਣੀ ਟੀਮ ਦੇ ਖਾਤੇ ਨੌਜਵਾਨ ਜ਼ੋਰ ਦਾਇਆ ਅਗਲੀ ਰੇਡ ਨੌਜਵਾਨ ਪਾਉਣ ਦੇ ਲਈ ਵਧਿਆ ਹੈ ਕਿਸੇ ਦੇ ਡਾਲੇ ਦੇ ਦਮ ਜਿਹੜਾ ਇਸ ਗਗਰੂ ਨੂੰ ਜੱਫਾ ਲਾ ਸਕੇ ਇਸ ਵਗਦੇ ਦਰਿਆ ਨੂੰ ਕੌਣ ਬੰਨ ਪਾਊਗਾ ਲਓ ਫਿੱਟੇ ਦੀ ਕਬੱਡੀ ਹੈ 4 ਜਾਫੀ ਖੇਡ ਦੇ ਮੈਦਾਨ ਵਿੱਚ ਹੈ ਹੁਣ ਦੇਖਾਂਗੇ ਕਿਹੜਾ ਨੌਜਵਾਨ ਬੱਬੀ ਤੇ ਨਾਲ ਸੋਨੀ ਦਾ ਵੀ ਬੱਬੀ ਲਾ ਦੇ ਜੱਫਾ ਕਰਦੇ ਬਣਾ ਬੱਬੀ ਕਰਨੀ ਸਰ ਦੀ ਧਰਤੀ ਦਾ ਇਹਨੂੰ ਕਹਿੰਦੇ ਆ ਬੱਬੀ ਕਰਨੀ ਸਰ ਵਾਲਾ ਲਓ ਹੁਣ ਦੇਖਾਂਗੇ ਟੱਕਰ ਖੇਡ ਦੇ ਮੈਦਾਨ ਵਿੱਚ ਹੈ ਤੇ ਇੱਥੇ ਰੱਖਣਾ ਹੈ ਬੱਬੀ ਸਾਹਿਬ ਮੇਰਾ ਕੰਮ ਆ ਪੰਪ ਮਾਰਨਾ ਕੁੰਡੀਆਂ ਦੇ ਸਿੰਘ ਪਸਾਉਣੇ ਅਗਲੀ ਰੇਡ ਇਸ ਵੇਲੇ ਦੇਖਾਂਗੇ ਪਾਲੇ ਇੱਕ ਫਤਿਹਗੜ੍ਹ ਸ਼ਨਾ ਦੀ ਧਰਤੀ ਦਾ ਪਾਲੇ ਕਹਿੰਦੇ ਕਬੱਡੀ ਦੀ ਦੁਨੀਆ ਵਿੱਚ ਨਾਈਜਨ ਪ੍ਰਸਿੱਧ ਹੈ ਪਰ ਆਹ ਖਿਡਾਰੀ ਕਹਿੰਦੇ ਪਾਲੇ ਰੇਡ ਮਾਰਿਆ ਕਾਲਾ ਅੱਛਾ ਹੈ ਗੱਲ ਦੇ ਵਿੱਚ ਕਾਨੂੰ ਪਾਈਆ ਨਾਈਜਨ ਨੇ 4 ਜਾਫੀਆਂ ਦੇ ਵਿੱਚ ਬਣੀ ਇਸ ਵੇਲੇ ਦੋ ਵੀ ਪਰ ਇਹ ਸਮਾਈਲ ਹੈ ਨੌਜਵਾਨ ਉਹ ਬਾਹ ਮੁੜਿਆ ਇਹ ਹੈ ਰੰਗਲੀ ਰਾਜਸਥਾਨ ਦੇ ਗਹਿਰੂ ਬੜਾ ਵਧੀਆ ਮੈਚ ਇਸ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਨਾਮੀ ਟੀਮਾਂ ਨੇ ਦੋਨੋਂ ਕਰਮੀ ਸਰ ਤੇ 18 ਪੰਮਾ ਦੀ ਥਾਂਦੇ ਬਾਦ ਦੇ ਚੰਡੇ ਹੋਏ ਗੱਭਰੂ ਆ ਸੰਤ ਬਾਬਾ ਕਿਰਪਾਲ ਸਿੰਘ ਜੀ ਉਹਨਾਂ ਦੀ ਵੱਡੀ ਦੇਣ ਆ 18 ਖਾਣਾਂ ਦੀ ਇਹਨਾਂ ਕਬੱਡੀ ਦੇ ਖਿਡਾਰੀਆਂ ਲਈ ਤਾਂ ਰੇਡ ਪਾਉਣ ਦੇ ਲਈ ਹੁਣ ਦੇਖਾਂਗੇ ਨੌਜਵਾਨ ਵਧਿਆ ਹੋਇਆ ਲੱਗ ਪੈ ਗਈ ਕਬੱਡੀ 4 ਜਾਫੀਆਂ ਵਿੱਚ ਦੇਖਾਂਗੇ ਕਿਹੜਾ ਗੱਭਰੂ ਇਸ ਵੇਲੇ ਲਓ ਦੇਖੋ ਬੱਲੇ ਬੱਲੇ ਆ ਜ਼ਰੂਰੀ ਖੜਕਾ ਦੜਕਾ ਹੋਇਆ ਪਾ ਇੱਥੇ ਰੱਖ ਮਾੜਾ ਮੋਟਾ ਚੱਲ ਜੂ ਬਾਹਲੀ ਸੇਵਾ ਨਹੀਂ ਕਰਨਾ ਮਾੜਾ ਮੋਟਾ ਤਾਂ ਚੱਲੂ ਕਿਹੜਾ ਮਾਸਾ ਬੜਾ ਹੈ ਕਬੱਡੀ ਹੋ ਰਹੀ ਹੈ ਇਹ ਕਬੱਡੀ ਦਾ ਮੈਦਾਨ ਹੈ ਪਹਿਲਾਂ ਕੁਸ਼ਤੀ ਦੇ ਪੜਾਕੇ ਪਏ ਹੁਣ ਕਬੱਡੀ ਦਾ ਮੈਚ ਆ ਭਾਰਾ ਸਰੀਰ ਕਰਤਾਰੋ ਕੀ ਕਰਾਂ ਕਬੱਡੀ 6 ਸਿਲੰਡਰ ਹੈ ਇਹ ਕਬਰੂ ਕਹਿੰਦੇ ਹਿੱਤਾ ਇਹ ਬੰਦੇ 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 ਜੋੜੀਆਂ ਹੁਣ ਬਣੀਆਂ ਕਿਸਾਨ ਜੋੜੀਆਂ ਹੁਣ ਬਣੀਆਂ ਇਹ ਆ ਮੁੰਡਾ ਕਹਿੰਦੇ ਮੰਨੀਏ ਸੋਨੀ ਜੱਫਾ ਲਵਾਇਆ ਬਹੁਤ ਵਧੀਆ ਨਜ਼ਾਰਾ ਇਹਨਾਂ ਮੁੰਡਿਆਂ ਦਾ ਮਾਣ ਸਨਮਾਨ ਵੀ ਆਪਾਂ ਕਰਨਾ ਕਿਉਂਕਿ ਬੜੀ ਦੂਰੋਂ ਬੜੇ ਪਿਆਰ ਬੜੇ ਸਤਿਕਾਰ ਦੇ ਨਾਲ ਪਹੁੰਚੇ ਆ ਕਬੱਡੀ ਫਿੱਟੇ ਦੀ ਹੈ ਕੱਜ ਚੌੜੀ ਛਾਤੀ ਹੈ ਨੌਜਵਾਨ ਦੀ ਇੱਕ ਬਲਵਿੰਦਰ ਫਿੱਟਾ ਮੇਰੇ ਵੀ ਕਬੱਡੀ ਦਾ ਪੱਟਾ ਮਲ ਗੋਰਾ ਝੋਟਰੀ ਜਿਹੜਾ ਲਾ ਰਿਹਾ ਸਾਡੇ ਵੀਰ ਦਾ ਮਾਣ ਸਨਮਾਨ ਕਰਨਾ ਹੈ ਰੇਡਰ ਦੇ ਲਈ 100 ਰੁਪਇਆ ਪੁੱਜਿਆ ਗੁਰਵਿੰਦਰ ਛੱਤੀ ਆ ਰਹੀ ਸਾਡੇ ਵੀਰ ਵੱਲੋਂ ਇੱਕ 100 ਰੁਪਈਏ ਦਾ ਵੱਡਾ ਮਾਨ ਪੁੱਜਦਾ ਹੋਇਆ ਉਹ 4 ਜਾਫੀ ਤੇ ਸਾਹਮਣੇ ਪੇਚਾ ਪੈ ਗਿਆ ਪਰ ਪੁਆਇੰਟ ਰਾਣਾ ਵੀਰ ਜੀ ਦੱਸਦੇ ਨੇ ਪੁਆਇੰਟ ਰੇਡਰ ਦੇ ਖਾਤੇ ਜਾ ਜੁੜਿਆ 15-15 ਦਾ ਸਮਾਂ ਰਾਣਾ ਭਾਜੀ ਨੋਟ ਰੱਖੋ ਤੁਸੀਂ ਅਗਲੀ ਕਬੱਡੀ ਪਾਲੀ ਨਾਮ ਤੇ ਖੇਡ ਮੈਦਾਨ ਵਿੱਚ ਵਧਿਆ ਹੋਇਆ ਲਾਵੀ ਸੋਨਿਆ ਜੇ ਜੱਫਾ ਲਾਏਗਾ ਸਵਾਦ ਆ ਜਾਣਾ ਲਾਵੀ ਸਮਾਈਲ ਜੇ ਜੱਫਾ ਲਗੇ ਜਿਹੜਾ ਰੱਫਾ ਲਾਊਗਾ 200 ਰੁਪਏ ਮੰਟੀ ਬਣੀਆਂ ਦਿੱਤਾ ਜਾਊਗਾ ਜਿਹੜਾ ਪਾਲੀ ਨੂੰ ਰੱਫਾ ਲਾਊਗਾ 3 ਕਬੱਡੀਆਂ ਦੇ ਪੈਸੇ ਲੱਗਣਗੇ 3 ਕਬੱਡੀਆਂ ਦੇ ਪੈਸੇ ਲੱਗਣਗੇ 3 ਕਬੱਡੀਆਂ ਦੇ ਪੈਸੇ ਲੱਗਦੇ ਆ ਜੇ ਜੱਫਾ ਨਾ ਲੱਗਿਆ 200 ਪਾਲੀ ਨੂੰ ਦਿੱਤਾ ਜਾਊਗਾ ਤਾਂ ਇਸ ਲਈ ਪਾਲੀ ਅੰਗਲੋਰ ਦਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਨੌਜਵਾਨ ਅਗਲੀ ਰੇਡ ਆ ਮੁੰਡਾ ਵੀ ਸੋਹਣਾ ਦੇਸ ਰੱਖਾ ਗਵਰੂ ਕਬੱਡੀ ਪਾ ਰਿਹਾ ਸਤਨਾਮ ਇਸ ਵੇਲੇ ਨਾਮ ਲਾਓ ਜਾਂਦਾ ਪੜਦੇ ਮਾਰ ਸਾਤੀ ਵਾਂਦਾ ਕਿਆ ਬਾਤ ਹੈ ਇਹ ਤਾਂ ਉਹ ਬਣ ਗਈ ਕਹਿੰਦਾ ਜਾਨ ਨਹੀਂ ਪਛਾਣ ਨਹੀਂ ਖਿਆ ਰੱਖਦਾ ਕਿਉਂਕਿ ਇਸ ਲਈ ਯੂਐਸ ਨੇ 200 ਰੁਪਏ ਦਿੱਤਾ ਜਾਣਾ ਜਿਹੜਾ ਸਤਨਾਮ ਨੂੰ ਰੱਖਾ ਲਓ 200 ਪੈਸੇ 3 ਕਬੱਡੀਆਂ ਦੇ ਇਹ ਨੋਟ ਰੱਖੋ ਵੀਰੇ ਅਗਲੀ ਰੇਡ ਦਾ ਵੀ ਲੱਗੀ ਨੋਟ ਰੱਖੀ ਜੋ 3 ਕਬੱਡੀਆਂ ਹੋਣੀਆਂ ਇਹ ਗੱਲ ਵੱਖਰੀ ਹੋਣੀ ਹੈ ਤਾਂ ਖਿੰਦਾ ਨਾਮ ਤੇ ਕਬੱਡੀ ਪਹੁੰਚ ਚੁੱਕੀ ਹੈ 4 ਜਾਫੀ ਨਾਲ ਐਨਆਰਆਈ ਸਤਨ ਸਾਡੇ ਪ੍ਰਦੇਸ਼ਾਂ ਨੂੰ ਬੈਠ ਵੀ ਮੈਚ ਦਾ ਆਨੰਦ ਮਾਣਦੇ ਆ ਤਾਂ ਧੱਕਾ ਮਾਰ ਕੇ ਕਰੋ ਬਾਹਰ ਕਰਕੇ ਇਹਨੇ ਖੰਡ ਬਦਲ ਕਰੋ ਸ਼ਰਾਬੀ ਵੀ ਧੱਕਾ ਮਾਰਦੇ ਇੱਧਰ ਬਾਬਾ ਜੀ ਪਏ ਨੇ ਬਹੁਤ ਹੀ ਵਧੀਆ ਪੁਆਇੰਟ ਹੈ ਜੇ ਮੈਚ ਵਧੀਆ ਲੱਗਿਆ ਤਾਂ ਤਾੜੀ ਜ਼ਰੂਰ ਮਾਰ ਕੇ ਦੱਸੋ ਦਰਸ਼ਕੋ ਅਗਲੀ ਕਬੱਡੀ ਖੇਡਾਂ ਨਾਲ ਹੋਣਾ ਹੈ ਖੇਡੇ ਦੀ ਰੇਡ
ਕੱਟੇ ਥਾਪੀ ਮਾਰ ਦਿੱਤੀ ਸੁਣਾਈ ਜਾਂਦੀ ਹੈ ਜਦੀ ਬੱਬੀ ਇਹ ਪਿਓ ਦਾ ਫਲ ਆਦਾ ਬੜੇ ਹਸੀਰ ਵੱਲੋਂ 100 ਪੱਕਾ ਹੈ ਗੁਰਵਿੰਦਰ ਸਿੰਘ 36 ਆਰਮੀ 100 ਦਾ ਬਣਿਓ ਇਹ ਦਫਾ ਲਾਇਆ 200 ਰੁਪਏ ਦਵਾਉ ਲੱਗਦਾ ਹੈ ਕਿ ਕਬੱਡੀ ਖੇਡ ਦੇ ਮੈਦਾਨ ਵਿੱਚ ਗੁਰਪ੍ਰੀਤ ਗੁਰਪ੍ਰੀਤ ਇੱਥੇ ਰੱਖ ਤੇ ਬੱਲੇ ਖੁੱਲਾ ਲੱਪੜ ਨਹੀਂ ਮਾਰਨਾ ਪੈਂਦਾ ਮੈਂ ਪਹਿਲਾਂ ਦੱਸਿਆ ਮਾੜਾ ਮੋਟੀ ਸੇਵਾ ਕਰਦਿਆ ਕਰੋ ਜ਼ਿਆਦਾ ਨਹੀਂ ਕਰਨਾ ਕਬੱਡੀ ਪਾ ਕੇ ਬਾਉਂਸ ਕਿਆ ਗਿਆ ਅਗਲੀ ਰੇਡ ਪਾਉਣ ਦੇ ਵਾਸਤੇ ਨੌਜਵਾਨ ਫਿਰ ਵਧਦਾ ਜਾ ਰਿਹਾ ਦੂਸਰੀ ਕਬੱਡੀ ਲਾ ਦੀ ਬੰਟੀ ਨੌਜਵਾਨ ਇਸ ਵੇਲੇ ਪਾਲੀ ਦੀ ਦੂਸਰੀ ਕਬੱਡੀ ਦੇ 200 ਰੁਪਇਆ ਲੱਗਿਆ ਜਾਵੀ ਸਮਾਇਲ ਹੈ ਤਾਨੂੰ ਜਾਵੀ ਮਣੀ ਜਾਵੀ ਸੋਨੇ ਜਾਵੀ ਗੋਲੀ ਜੱਫਾ ਪਾਉਣ ਲਾਉਂਦਾ 200 ਦਾ ਜੱਫਾ ਹੋਣਾ ਹੈ ਪਾਲੀ ਦਾ ਵੀ ਅੱਜ ਦੇ ਕਬੱਡੀ ਦੇ ਖੇਤਰ ਚ ਨਾਮ ਵੱਧਾ ਹੈ ਇੱਕ ਪਾਸੇ ਗੋਲੀ ਤੇ ਦੂਜੇ ਪਾਸੇ ਪਾਲੀ ਹੈ ਕਦੇ ਗੱਲ ਸਮੇਂ ਦੀ ਹੈ ਗੱਲ ਮਿਹਨਤ ਦੀ ਹੈ ਕਬੱਡੀ ਰਜਿੰਦਰ ਸਿੰਘ ਦੋ ਪੀ ਐਸ ਵਾਲੇ ਪੂਰੇ ਖੁਸ਼ ਨਜ਼ਰ ਆ ਰਹੇ ਨੇ ਸ੍ਰੀ ਪ੍ਰਧਾਨ ਸਾਹਿਬ ਬੈਠੇ ਹੈ ਉਹਨਾਂ ਦਾ ਵੀ ਧੰਨਵਾਦ ਆ ਲਓ ਦੇਖੋ 200 ਰੁਪਈਏ ਨੂੰ ਹੱਥ ਪੈ ਗਿਆ ਬੱਲੇ ਸੋਨੀ ਦੇ ਸੁਪਨਾਮ ਬਲੇਰੀ ਦੀ ਅਸੇ ਦਾ 200 ਮਾਰ ਦੋ ਤਾੜੀਆਂ ਆਹ ਮੁੰਡੇ ਦੇ ਖਾਤੇ 200 ਰੁਪਈਆ ਕਾਤਾ ਭਗੇਸ਼ ਸਿੰਘ ਯੂ ਐਸ ਵਾਲੇ 200 ਟੱਕਿਆ ਜਾ ਚੁੱਕਿਆ ਇਸ ਵੇਲੇ ਬਹੁਤ ਵਧੀਆ ਪੁਆਇੰਟ ਜੋੜਿਆ ਮੇਰੇ ਕੋਲੇ ਬਚੇ ਵੀ ਨਾਇਮ ਸੋਨੀ ਦਾ ਉਧਰਲੇ ਪਾਸੇ 200 ਰੁਪਈਆ ਬੰਟੀ ਕੱਢ ਵੀ ਨਾ ਹੋਈ ਉਹਨਾਂ ਦੇਖਾਂਗੇ ਖਾਤੇ ਦੇ ਲਾਸਟ ਕੱਢੀ ਬਾਕੀ ਹੈ ਉਹ ਪਾਓ ਮੁੰਡਿਆ ਮਾਰਦੇ ਤੁਹਾਡੇ ਸਮਾਇਲ ਹੈ ਤੇ ਪੁਆਇੰਟ ਜਾਫੀਆਂ ਦਾ ਬਰਾਬਰ ਦੀ ਭਾਕੀ ਜਦੋਂ ਮੁੜਦੀ ਹੈ ਨਾ ਸਵਾਦ ਆ ਜਾਂਦਾ ਜੱਟ ਜੱਟ ਨੂੰ ਪਾਣੀ ਲਾਉਣ ਨਹੀਂ ਦਿੰਦਾ ਜਦੋਂ ਜੱਟ ਦੀ ਜੱਟ ਨਾਲ ਅੜੀ ਹੁੰਦੀ ਹੈ ਗੱਲ ਅੜੀ ਦੇ ਆ ਕੇ ਮੁੜਦੀ ਹੈ ਅਗਲੀ ਰੇਡ ਪਾਉਣ ਵਾਲੀ ਠੇਡਾ ਮੈਦਾਨ ਦੇ ਵਿੱਚ ਅੱਗੇ ਨੂੰ ਵਧਦਾ ਜਾ ਰਿਹਾ ਤੇ ਤੜਕੇ 6 ਵਜੇ ਨਾ ਹੱਟੀ ਦੇ ਸੁੱਕੀ ਚਾਹ ਲੈਣ ਜਾਈਏ ਉੱਥੇ ਚੜਦੇ ਬੀੜੀ ਵਾਲੇ ਦੀ ਬੜੀ ਭੀੜ ਹੁੰਦੀ ਪਿੰਡੋਂ ਅੱਠਲੀ ਨਾ ਚੜੀਏ ਮਿੰਨੀ ਬੱਸ ਉੱਥੇ ਸਾਰੇ ਮੱਛਰੀ ਮੰਡੀਰ ਨਾਲ ਭਰੀ ਹੁੰਦੀ ਬੱਸ ਵਾਲੀ ਨਾ ਚੜੀਏ ਸਹੀਰੇ ਤੋਂ ਰੇਲ ਗੱਡੀ ਉੱਥੇ ਸਾਰੀ ਭੁੱਖੀ ਤੇ ਅਮਲੀਆਂ ਨਾਲ ਭਰੀ ਹੁੰਦੀ ਉਹ 4 ਵਜੇ ਇੱਥੋਂ ਜਾਈਏ ਨਾ ਠੇਕੇ ਤੇ ਕਹਿੰਦੇ ਮੱਛ ਲੰਘਦੀ ਉੱਥੇ ਖੜੀ ਹੁੰਦੀ ਜੱਟ ਜੱਟ ਨੂੰ ਪਾਣੀ ਨਹੀਂ ਲਾਉਣ ਦਿੰਦਾ ਜਦੋਂ ਜੱਟ ਦੀ ਜੱਟ ਨਾਲ ਅੜੀ ਹੁੰਦੀ ਭਾਈ ਮੱਖਣ ਬਰਾੜਾ ਰੇਡਰ ਕਦੋਂ ਪੁੱਜੂ ਜਦ ਗੁੱਟ ਫੜ ਕੇ ਕਹਿੰਦੀ ਚੜੀ ਹੁੰਦੀ ਤੇ ਉਹਨਾਂ ਦੇ ਟੱਬਰ ਨੂੰ ਨੀਂਦ ਕਿੱਥੇ ਆਉਂਦੀ ਭੁੱਖੀ ਜਿਹਨਾਂ ਦੀ ਬਾਰਡਰ ਤੇ ਖੜੀ ਹੁੰਦੀ ਹਾਂਜੀ 200 ਕਿਹਦੇ ਲਾਉਣਾ ਪਾਲੀ ਦੇ 200 ਰੁਪਏ ਪਾਲੀ ਦੇ ਹੋਰ ਲਾਤਾ ਇਹ ਲਾਸਟ ਕਬੱਡੀ ਦੇ 200 ਮੇਰੇ ਕੋਲ ਆਇਆ ਹੁਣ ਦੇਖਾਂਗੇ ਪਾਲੀ ਦੇ ਖਾਤੇ ਤੇ ਮਣੀ ਦੇ ਖਾਤੇ ਮਣੀ ਦੇ ਖਾਤੇ ਇਹ ਬੱਲੇ ਮਾਰ ਦੋ ਤਾੜੀਆਂ ਡੱਬੇ ਕਹਿੰਦੇ ਕੱਚਾ ਧੂਆ ਮਾਰ ਗਈ ਹੈ 200 ਰੁਪਇਆ ਮਣੀ ਦੇ ਖਾਤੇ ਪਾਤਾ ਹੈ ਬਹੁਤ ਵਧੀਆ ਮੈਚ ਦੋ ਸੌ ਮੇਰੇ ਕੋਲ ਹੋਰ ਪੁੱਜ ਗਿਆ ਸਾਡੇ ਦਰਮਿਆਨ ਪਦਮਪੁਰ ਥਾਣੇ ਤੋਂ ਮੁਲਾਜ਼ਮ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਜਿਵੇਂ ਆਖਦਾ ਸਤਿਕਾਰਯੋਗ ਨੇ ਸਾਡੇ ਕਬੱਡੀ ਪੈ ਗਈ ਹੈ ਇਸ ਲਈ ਹੰਗਾ ਪਾਟ ਦਾ ਜਵਾਬ ਹੁੰਦਾ ਹੈ ਬਹੁਤ ਹੀ ਵਧੀਆ ਮੈਂ ਕਬੱਡੀ ਦਾ ਖੇਡਿਆ ਜਾ ਰਿਹਾ ਅੱਧਾ ਸਮਾਂ ਜਿਹੜਾ ਇਸ ਲਈ ਅੱਧਾ ਸਮਾਂ ਹੋ ਚੁੱਕਿਆ ਜੀ ਅੱਧੇ ਸਮੇਂ ਦੇ ਅੰਕ ਜਿਹੜੇ ਸਾਂਝੇ ਕਰਾਂਗੇ ਆਪਾਂ ਕਰਨੀ ਸਰ ਦੇ ਪੁਆੜ ਦੇ 8.5 ਤੇ 18 ਪੁਆੜ ਦੇ ਕਹਿੰਦੇ 18 ਕਹਿੰਦੇ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਹੈ ਬੜੇ
ਸਾਰੇ ਜਿਹੜੇ ਦੇਖਣ ਨੂੰ ਮਿਲ ਰਹੇ ਆ ਕੱਲ ਨੂੰ ਸਾਨਾ ਦੇ ਭੇੜ ਹੋਣਗੇ ਸਾਰਿਆਂ ਨੇ ਆਉਣਾ ਕਿਉਂਕਿ ਦੁਨੀਆਂ ਦੇ ਵੱਡੇ ਮਾਲ ਇਸ ਧਰਤੀ ਦੇ ਜਿਹੜੇ ਪੁੱਜਣਗੇ ਉਹਨਾਂ ਨੂੰ ਆਪਾਂ ਤੱਕਾਂਗੇ ਵੱਡੀ ਝੰਡੀ ਦੇ ਵੱਡੇ ਮੁਕਾਬਲੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਲਈ ਇਸ ਲੰਗਰ ਦੇ ਲਈ ਮੈਂ ਧੰਨਵਾਦ ਕਰਾਂਗਾ ਸਾਡੇ ਸਰਕਾਰ ਨੂੰ ਵੀਰਾਂ ਦਾ ਮੇਰਾ ਗਵਰੂ ਟੱਕ ਲੈਣ ਦੀ ਗੱਲ ਕਰੇਗਾ ਇਸ ਸੰਗਰਾਮ ਦੇ ਵਿੱਚ ਪਾਈ ਹੋਈ ਰੇਡ ਇਸ ਗਵਰੂ ਨਾਲ ਜਾਂਦੀ ਹੈ ਉਧਰਲੇ ਪਾਸੇ ਨੂੰ ਲੱਗਾਂਗੇ ਰੱਤੇ ਵਾਲੇ ਦੀ ਧਰਤੀ ਤੇ ਕੁਸ਼ਤੀ ਵਿੱਚ ਬਹੁਤ ਦਿੱਤਾ ਗਿਆ ਕਮਾਲ ਜੀ ਭੰਡਾਲ ਸਾਹਿਬ ਬਣੇ ਹੋ ਸਾਡੇ ਬਹੁਤ ਹੀ ਸਤਿਕਾਰ ਦੇ ਕਮਾਲ ਜੀ ਭੰਡਾਲ ਇਸੇ ਲੇਖਣ ਦੇ ਵਿੱਚ ਕੋਸ਼ਿਸ਼ ਕਰੀ ਹੈ ਪਰ ਪੁਆਇੰਟ ਫਿੱਟਾ ਲੈ ਕੇ ਵਾਪਸ ਆਉਂਦਾ ਅਗਲੀ ਰੇਡ ਜਿੰਦਾ ਕਰਨੀ ਸਰਦੀ ਧਰਤੀ ਦਾ ਪਾਉਣ ਦੇ ਲਈ ਮੈਦਾਨ ਦੇ ਵਿੱਚ ਅੱਗੇ ਵਧਿਆ ਜਾ ਰਿਹਾ ਚਾਰ ਜਾਫੀ ਨੇ ਕਿਉਂਕਿ ਚਾਰੇ ਜਾਫੀ ਇੱਕੋ ਨਹੀਂ ਹੈ ਐਨ ਦਰਸ਼ਕ ਵੀਰਾਂ ਦੀ ਨਿਗਾਹ ਪੂਰੀ ਟਿਕ ਚੁੱਕੀ ਹੈ ਕਬੱਡੀ ਪੈ ਚੁੱਕੀ ਆ ਚਾਰਾਂ ਜਾਫੀਆਂ ਦੇ ਤੋਂ ਹੁਣ ਕੌਣ ਕੋਸ਼ਿਸ਼ ਕਰੇਗਾ ਸਮਾਇਲ ਸੋਨਾ ਗੋਲਦੀ ਮਨੀ ਤੇ ਰਾਜਵਾਨੀ ਆਖਿਆ ਤਾਰਾ ਸਿੰਘ ਜੀ ਦੀ ਤਾਂ ਹੁਣ ਦੇਖਾਂਗੇ ਕਿੰਨੇ ਦੀ ਕਬੱਡੀ ਹੈ ਮੈਂ ਵੀ ਦੇਖੀ ਨਾ ਉਹਦਾ ਨਾ ਪੁਆਇੰਟ ਲੀਡਰ ਦਾ ਕਿਉਂਕਿ ਬਾਰ ਬਾਰ ਹੋ ਗਿਆ ਨੌਜਵਾਨ ਇਸ ਵੇਲੇ ਲੱਗਾਂਗੇ ਬਹੁਤ ਵਧੀਆ ਪੁਆਇੰਟ ਦਾ ਵਾਧਾ ਕੀਤਾ ਨੌਜਵਾਨ ਨੇ ਅਗਲੀ ਕਬੱਡੀ ਇਸ ਗਵਰੂ ਦੀ ਪੈ ਚੁੱਕੀ ਮੇਰੇ ਵੀ ਅਗਲੀ ਰੇਡ ਸਤਨਾਮ ਪਾਉਣ ਦੇ ਲਈ ਵਧਿਆ ਜਾ ਰਿਹਾ ਸਤਨਾਮ ਦੀ ਕਬੱਡੀ ਹੈ ਐਨ ਗੁੰਦਵਾ ਸਰੀਰ ਲਿਸ਼ਕੀ ਜਾਂਦਾ ਚਾਰੇ ਪਾਸੇ ਰਵਿੰਦਰ ਬਾਈ ਪਤਾ ਲੱਗਦਾ ਮੁੰਡੇ ਨੇ ਮਿਹਨਤ ਕਰੀ ਹੈ ਕਬੱਡੀ ਪੈ ਗਈ ਹੈ ਚਾਰ ਜਾਫੀਆਂ ਵਿੱਚੋਂ ਕਬਰੂ ਕਬੱਡੀ ਪਾ ਰਿਹਾ ਹੁਣ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ ਇੱਕ ਪਾਸੇ ਪੈਂਦੀ ਆ ਰੇਡ ਬੜੀ ਸੋਹਣੀ ਆ ਖੇਡ ਇਸ ਨੌਜਵਾਨ ਦੀ ਲਾਓ ਉਧਰਲੇ ਪਾਸੇ ਦੇਖਾਂਗੇ ਸੋਨੀ ਦੇ ਸਤਨਾਮ ਰਾਸ਼ੀ ਇੱਕੋ ਹੈ ਪਰ ਤਕਦੀਰਾਂ ਜਿਹੜੀਆਂ ਵੱਖੋ ਵੱਖਰੀਆਂ ਨੇ ਰਾਸ਼ੀ ਇੱਕੋ ਤੇ ਤਕਦੀਰਾਂ ਜਿਹੜੀਆਂ ਵੱਖੋ ਵੱਖਰੀਆਂ ਨੇ ਬਹੁਤ ਵਧੀਆ ਮੈਚ ਇਸ ਵੇਲੇ ਖੇਡਿਆ ਜਾ ਰਿਹਾ ਅਗਲੀ ਰੇਡ ਪਾਲੀ ਨੌਜਵਾਨ ਦੀ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਪਾਲੀ ਬਹੁਤ ਵਧੀਆ ਮੈਚ ਚਾਰ ਜਾਫੀ ਸਮਾਇਲ ਮਨੀ ਵਰਗੇ ਨੌਜਵਾਨ ਉਧਰਲੇ ਪਾਸੇ ਸੋਨਾ ਦੇ ਗੋਲੀ ਆ ਸਮਾਇਲ ਮੁੜ ਗਏ ਬੜੇ ਟੱਕਰ ਸ਼ੇਰਾਂ ਦੀ ਹੈ ਉਹ ਬਾਲ ਮੁੜਿਆ ਇਧਰਲੇ ਪਾਸੇ ਫਾਟਕ ਬੰਦ ਕਰ ਦਿੱਤਾ ਕਿ ਡਾਢਾ ਦੁੱਖ ਮਨਾ ਕੇ ਬੱਚੇ 25 ਵਿੱਚ ਹੀਰੇ ਦਾ ਆ ਬੰਦ ਹੋਇਆ ਦਰਵਾਜ਼ਾ ਜੋ ਫਾਟਕ ਤੋੜ ਕਟੂਰੇ ਦਾ ਬੰਦ ਹੋਇਆ ਦਰਵਾਜ਼ਾ ਜੋ ਫਾਟਕ ਤੋੜ ਕਟੂਰੇ ਦਾ ਬੜਾ ਵਧੀਆ ਗੱਪਾ ਲੱਗਿਆ ਕਿ ਤਾੜੀ ਮਾਰ ਤੋਂ ਖਿਡਾਰੀਆਂ ਦੇ ਨਾਂ ਅਗਲੀ ਰੇਡ ਨੌਜਵਾਨ ਦੀ ਗੁਰਪ੍ਰੀਤ ਸਿੰਘ ਯੂਐਸਏ ਗੁਰਮੀਤ ਸਿੰਘ ਯੂਐਸਏ ਉਹਨਾਂ ਵੱਲੋਂ 500 ਰੁਪਈਆ ਜਿਹੜਾ ਫਿੱਟੇ ਦੀ ਗੱਪਾ ਲਈ ਪੈਸੇ ਕੰਗਣ ਤਿੰਨ ਕਬੱਡੀਆਂ ਦੇ ਲੱਗਣਗੇ ਜੋ 500 ਰੁਪਈਆ ਹੋਵੇਗਾ ਇਧਰਲੇ ਪਾਸੇ ਗੁਰਮੀਤ ਸਿੰਘ ਯੂਐਸਏ ਵੱਲੋਂ ਜਿਹੜਾ ਮੁੰਡਾ ਜੱਫਾ ਲਾਊ 500 ਮਿਲਣਾ ਲਓ ਹੁਣ ਦੇਖਾਂਗੇ ਸਾਹਮਣੇ 500 ਮੁੰਡਿਆ ਇਹ ਆ ਖੇਡਾ ਭੁੱਲਰ ਦਰਬਾਰ ਦਾ ਪੁੱਤ ਹੈ ਸਰਦਾਰ ਤਾਲਾ ਸਿੰਘ ਜੀ ਭੁੱਲਰ ਮਾਨ ਕਰਦੇ ਨੇ ਇਸ ਗਵਰੂ ਨੌਜਵਾਨ ਦੀ ਕੱਲ ਸ਼ਾਮ ਜਿਹੜੀ ਸੁਹਾਨੀ ਹੋਈ ਹੈ ਹਿੰਦੇ ਦੀ ਕਬੱਡੀ ਗੋਲ ਮਟੋਲ ਦਾ ਸਰੀਰ ਆ ਨੌਜਵਾਨ ਦਾ ਅੱਗੇ ਨੂੰ ਵਧਾ ਜਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਹੁਣ ਕਿਹੜੇ ਗਵਰੂ ਦੇ ਵਿੱਚ ਹਿੰਮਤ ਹੈ ਇੱਕ ਪਾਸੇ ਆ ਨੌਜਵਾਨ ਹਿੰਦਾ ਪਾਠ ਗੋੜ ਦਾ ਪ੍ਰਤੀਨ ਦੇ ਲਈ ਬਹੁਤ ਸੋਹਣਾ ਅੰਕ ਦਾ ਨੌਜਵਾਨ ਇਸ ਵੇਲੇ ਵਾਧਾ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਸਤਨਾਮ ਸਿੰਘ ਅੱਗੇ ਨੂੰ ਵਾਧਾ ਹੋਇਆ
ਮਾਪੇ ਵਿਧਾਨ ਵਿੱਚ ਇਸੇ ਨਾਲ ਜਣ ਕਹਿੰਦੇ ਸੋਨੀ ਮੇਰੀ ਜੀ ਬਹੁਤ ਵਧੀਆ ਦਫਾ ਲਾ ਕੇ ਪੁਆਇੰਟ ਗੁਰੂ ਹੀ ਅੰਕ ਦਾ ਵਾਧਾ ਕਰਦਾ ਜਾ ਰਿਹਾ ਹੈ ਬੜਾ ਸੋਹਣਾ ਅੰਕ ਲਾਜੀ ਨੇ ਜੋੜ ਦਿੱਤਾ ਅਗਲੀ ਕਬੱਡੀ ਕਹਿੰਦੇ ਪਾਲੀ ਨਾਮ ਤੇ ਕਰਨੀ ਸਰ ਪਿੰਡਾਂ ਨਾਲ ਜੁੜਿਆ ਬਾਲੀ ਕਰਨੀ ਸਰ ਦਾ ਕਬੱਡੀ ਪਾਵਲੀ ਅੱਗੇ ਨੂੰ ਵਾਧਾ ਜਾ ਰਿਹਾ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸ ਦੇ ਵਿੱਚ ਬਸਤੀ ਲੋਕੋ ਜਿੰਦ ਜਾਨ ਪੰਜਾਬੀਆਂ ਦੀ ਰਿਤ ਮੈਦਾਨ ਦੇ ਭਰਨਾ ਹੁੰਦਾ ਕੰਮ ਬਲੀ ਰਹਿੰਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੀ ਰਹਿੰਦਾ ਅੱਜ ਪੰਜਾਬੀਆਂ ਦੀ ਖੇਡ ਹੈ ਪਰ ਪਾਲੀ ਨੇ ਪੁਆਇੰਟ ਆਪਣੀ ਟੀਮ ਦੇ ਵਾਸਤੇ ਬੜਾ ਸੋਹਣਾ ਅੰਕ ਦਾ ਇਸ ਵੇਲੇ ਵਾਧਾ ਕੀਤਾ ਹੈ ਅਗਲੀ ਰੇਡ ਖੇਡਾ 500 ਰੁਪਈਆ ਹੋਣਾ ਵੀ ਜਿਹੜਾ ਮੁੰਡਾ ਲੱਗਾ ਲਾਰੀ ਹੈ ਪੂਰਾ 500 ਦਿੱਤਾ ਜਾਣਾ ਜਿਹੜਾ ਵੀ ਨਫਾ ਲਓ ਗੁਰਮੀਤ ਜੀ ਜੀ ਆਸੇ ਬਣਿਓ ਮੈਂ ਇਸ ਲਈ 500 ਰੁਪਈਆ ਜਿਹੜਾ ਦਫਾ ਲਓ ਪੈਸੇ ਤਿੰਨ ਕਬੱਡੀਆਂ ਦੇ ਹੋਣਗੇ ਤਾਂ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਅੱਗੇ ਨੂੰ ਵੱਧ ਆਇਆ ਚਾਰ ਕਾਫੀ ਵੱਡੀ ਪੈ ਗਿਆ ਟੁੱਟ ਕੇ 500 ਦੀ ਕਬੱਡੀ ਪਰ ਇਸ ਵੇਲੇ ਹੁਣ ਕੱਟਾਂਗੇ ਮੇਰੇ ਵੀਰੋ ਬੱਲੇ 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 ਇੱਥੇ ਰੱਖਾ ਮਾਰ ਦੋ ਧਾਰ ਜਾਰੇ 500 ਰੁਪਈਆ ਖਾਦੇ ਆ ਕਹਿੰਦੇ ਲੈ ਆਈ ਕੱਢੀ 500 ਲਾਈਏ ਨਾ ਪਾਈਏ ਮੁੰਡੇ ਦੇ ਖਾਤੇ ਦੇ ਵਿੱਚ ਵਾਧਾ ਕਰੀਏ 500 ਦਾ ਜ਼ਿੰਦਗੀ ਦਾ ਅਗਲੀ ਰੇਡ ਪਾਉਣ ਦੇ ਲਈ ਬਦੋ ਆਇਆ ਬੱਲੇ 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 ਮਾਰ ਦੋ ਤਾੜੀਏ ਕਰਤਾਰੋ ਕੀ ਕਰਾਂ ਗੱਡੀ 8 ਸਿਲੰਡਰ ਹੈ ਭਾਰਾ ਸਰੀਰ ਆ ਮੁੰਡੇ ਦਾ ਮਿਹਨਤ ਕਰੀਏ ਬਈ ਐਵੇਂ ਨਹੀਂ ਸਰੀਰ ਬਣਦਾ ਕਈ ਵਾਰ ਮੇਰੇ ਅੱਗੇ ਲਾ ਕੇ ਪਊਗਾ ਐਵੇਂ ਫਰਕ ਨਹੀਂ ਜਾਂਦਾ ਅਗਲੀ ਰੇਡ ਸਤਨਾਮ ਲਈ ਹੈ ਸਤਨਾਮ ਗੱਡੀ ਬੌਮ ਦੇ ਲਈ ਵਧੇ ਹੋਏ ਐਨ ਖੇਡ ਮੈਦਾਨ ਦੇ ਉੱਤੇ ਪਾਈ ਰੇਡ ਇਸ ਲਾਈਨ ਲਈ ਸਤਨਾਮ ਸਿੰਘ ਦੀ ਕਬੱਡੀ ਹੈ ਸ਼ਾਮ ਸੁਹਾਨੀ ਹੋ ਚੱਲੀ ਹੈ ਖਾਲਸਾ ਸਾਉਣ ਵਾਲੇ ਦਾ ਧੰਨਵਾਦ ਹੈ ਸਾਡੇ ਵੀਰ ਦਾ ਕਬੱਡੀ ਸਤਨਾਮ ਦੀ ਲਾਵੀ ਸੋਨੀ ਲਾਵੀ ਬੱਬੀ ਲਾਵੀ ਗੁਰੀ ਦਫਾ ਕੌਣ ਲਾਊਗਾ ਸਾਹਮਣੇ ਸਤਨਾਮ 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 ਇੱਕ ਪਾਸੇ ਸੋਨੀ ਰੇਡ ਇਸ ਵੇਲੇ ਪੈ ਚੁੱਕੀ ਹੈ ਮੇਰੇ ਵੀਰ ਬਹੁਤ ਸੋਹਣਾ ਪੁਆਇੰਟ ਜੋੜਨ ਦੀ ਕੋਸ਼ਿਸ਼ ਕਰਦਾ ਜਾ ਰਿਹਾ ਹੈ ਉਹ ਪਾਉ ਮੁੰਡਿਆ ਆ ਮੁੰਡਾ ਕਹਿੰਦੇ ਮਲੇਸ਼ੀਆ ਵਿੱਚ ਖੇਡਿਆ ਪਰ ਕਿੱਟਾ ਕੈਚ ਕਰਿਆ ਧਾਵੇ ਧਾਵੇ ਦੇ ਲੱਤਿਆਂ ਨੇ ਟੈਂਸ਼ਨ ਤੇ ਬੜਾ ਬੁਰੀ ਨਿਕਲੀ ਸੀ ਆ ਵੀ ਇੱਧਰਲੇ ਪਾਸੇ ਬਹੁਤ ਵਧੀਆ ਪੁਆਇੰਟ ਹੋ ਰਿਹਾ ਹੈ ਸਾਰੇ ਦਰਸ਼ਕਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੁਝ ਕੁ ਸਮਾਂ ਬਾਕੀ ਇਸ ਮੈਚ ਦਾ ਤੁਹਾਡੀ ਪਾਉਣ ਦੇ ਲਈ ਆ ਗੌਰੂ ਖੇਡਾਂ ਨਾਲ ਜਾਣਾ ਬਾਈ ਜੇ ਮੈਚ ਵਧੀਆ ਲੱਗੇ ਤਾਂ ਤਾੜੀ ਠੋਕ ਕੇ ਮਾਰ ਦਿਓ ਸਾਰੇ ਜਣੇ ਜ਼ੋਰ ਨਾਲ ਤਾੜੀ ਮਾਰ ਦਿਓ ਲਓ ਤੁਹਾਡੀ ਪੈ ਚੁੱਕੀ ਹੈ ਇੱਧਰਲੇ ਪਾਸੇ ਨੌਜਵਾਨ ਮੈਦਾਨ ਵਿੱਚ ਵਾਧਾ ਹੋਇਆ ਚਾਰ ਜਾਫੀ ਹੈ ਧਾਵਾ ਬੋਲ ਦਿੱਤਾ ਹੈ ਹੁਣ ਦੇਖਾਂਗੇ ਵੀ ਕਿਹੜਾ ਗੱਭਰੂ ਰੋਕਣ ਦੀ ਕੋਸ਼ਿਸ਼ ਕਰਦਾ ਬੜੇ ਜੀਦਾਰੀ ਨਾਲ ਬੜੇ ਖੋਮੇ ਨਾਲ ਅਗਲੀ ਰੇਡ ਪਾਉਣ ਦੇ ਲਈ ਸਾਹਮਣੇ ਦੇਖਾਂਗੇ ਨੌਜਵਾਨ ਕਹਿੰਦਾ ਅੱਗੇ ਵਾਧਾ ਆ ਰਿਹਾ ਹਿੰਦੇ ਦੀ ਰੇਡ ਇਸ ਵੇਲੇ ਤਿੰਨ ਹੈ ਹੁਣ ਦੇਖਾਂਗੇ ਤਿੰਨਾਂ ਵਿੱਚੋਂ ਕੌਣ ਹੈ ਸਮਾਈ ਮਨੀ ਓਹੀ ਲਓ ਦੇਖਾਂਗੇ ਵੀ ਅੱਖ ਲਾਤਾ ਮਣੀ ਨੂੰ ਬੰਦੇ 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 ਗੱਡੀ ਪਿੰਡ ਪਹੁੰਚ ਤਾਂ ਗਈ ਪਰ ਆਈ ਕੱਚਾ ਧੂਆ ਮਾਰ ਮਾਰ ਕੇ ਆ ਲਓ ਪੁਆਇੰਟ ਇਸ ਵੇਲੇ ਜੋੜਿਆ ਨੌਜਵਾਨ ਕਬੱਡੀ ਵਿੱਚ ਬੜਾ ਪੈਸਾ ਮਿਲਦਾ ਬਈ ਹੋਰ ਗੱਡੀਆਂ ਇਨਾਮ ਚ
ਦਿੱਤੀਆਂ ਜਾਂਦੀਆਂ ਹੈ। ਭੰਡਾਰ ਵਾਲੇ ਸੁੱਖੀ ਨੇ 3 ਲੱਖ ਦਾ ਜਫਾ ਲਾਇਆ ਬਰਾਲੇ ਦੀ ਕਬੱਡੀ ਲਈ। ਗਰਬ ਵਾਲੇ ਹੈਪੀ ਨੂੰ ਬਾਕੀ ਪਰਮਦੀਰਪੁਰੇ ਨੇ 3.5 ਲੱਖ ਦੀਆਂ 3 ਕਬੱਡੀਆਂ ਪਾਈਆਂ। ਮਾਣੂਕਾ ਵਾਲੇ ਜੀਵਨ ਨੇ 5.5 ਲੱਖ ਦੀਆਂ 3 ਕਬੱਡੀਆਂ ਪਾਈਆਂ। ਤਾਂ ਸਾਹਮਣੇ ਦੇਖਾਂਗੇ ਖਿੱਡਾ ਨਾਂ ਤੇ ਕਬੱਡੀ ਜਾ ਚੁੱਕੀ ਹੈ। ਇੱਕ ਪਾਸੇ ਖਿੱਡਾ ਭਜਦਾ ਜਾ ਰਿਹਾ, 4 ਜਾਫੀਆਂ ਦੇ ਧਾਵਾ ਬੋਲ ਦਿੱਤਾ ਉਹ ਭਾਵੜਿਆ ਬੱਲੇ 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 ਇੱਥੇ ਪੁਆਇੰਟ ਰੇਟਰ ਦਾ ਜੀ ਪੁਆਇੰਟ ਰੇਟਰ ਦਾ ਜੀ ਪੁਆਇੰਟ ਰੇਟਰ ਦਾ ਜੀ ਬਾਹਰ ਦਾ ਗਿਆ ਸਰ ਸਾਡੇ ਦਰਮਿਆਨ ਵੱਡੇ ਮੰਨ ਪਹੁੰਚਣਗੇ ਜਿਹੜੇ ਬੁਲਟਾਂ ਦੀਆਂ ਝੰਡੀਆਂ ਲਈਆਂ ਜਿਹਨਾਂ ਨੇ ਜਿਹਨਾਂ ਨੇ ਟਰੈਕਟਰ ਜਿੱਤੇ ਆ ਉਹਨਾਂ ਦੇ ਦਰਸ਼ਨ ਕੱਲ ਨੂੰ ਕਰਵਾ ਦੇਣੇ ਆ। ਪਰ ਕਬੱਡੀ ਇਸ ਉੱਪਰ ਹੁੰਦੀ ਹੈ, ਆਹ ਮੁੰਡਾ ਪਾਲੀ ਹੈ 4 ਦਾਫੇ ਵਿੱਚੋਂ ਸਮਾਈਲ ਆਓ ਦੇਖ ਲਾ ਸਮਾਈਲ ਦੇ ਨਾਲ ਟੱਕਰ ਹੈ ਪਰ ਪੁਆਇੰਟ ਲੈ ਕੇ ਪਾਲੀ ਵਾਪਸ ਆਉਂਦਾ ਹੈ। ਆਪਣੇ ਪਿੰਡ ਵਿੱਚ ਵਧੀਆ ਟੂਰਨਾਮੈਂਟ ਕਰਵਾ ਰਹੇ ਕਰਨੀ ਸਰ ਵਾਲੀ ਸਹਿਜੀਪੁਰ ਕਰਨੀ ਸਰ ਅਗਲੀ ਰੇਡ ਜਾਂ ਫਤਿਹਗੜ੍ਹ ਦੀ ਗੱਲ ਹੋਵੇ ਜਾਂ ਪੀੜੀਆ ਪੰਗਾ ਦੀ ਗੱਲ ਹੋਵੇ ਜਾਂ ਹਨੂਮਾਨਗੜ੍ਹ ਦਾ ਕਬੱਡੀ ਕੱਪ ਹੋਵੇ ਬਾਬਾ ਸੁੱਖਾ ਸਿੰਘ ਬਾਬਾ ਮਹਤਾਬ ਸਿੰਘ ਦੀ ਯਾਦ ਦੇ ਵਿੱਚ ਜਾਂ ਗੱਲ ਮਸਾਣੀ ਦੇ ਕਬੱਡੀ ਕੱਪ ਦੀ ਹੋਵੇ ਜਾਂ ਗੱਲ ਬੋਢਾ ਜੋੜ ਦੀ ਧਰਤੀ ਦੀ ਹੋਵੇ ਜਾਂ 3 PS ਦੀ ਗੱਲ ਹੋਵੇ ਜਾਂ 13 PS ਦੀ ਗੱਲ ਹੋਵੇ ਜਾਂ ਰੱਤੇ ਵਾਲੀ ਦੀ ਗੱਲ ਹੋਵੇ ਜਾਂ ਪਤਨਪੁਰ ਦੀ ਗੱਲ ਹੋਵੇ ਜਾਂ ਕੈਸਿੰਗਪੁਰ ਦੀ ਗੱਲ ਹੋਵੇ ਵੱਡੇ ਕਬੱਡੀ ਦੀ ਗੱਲ ਹੋਵੇ ਨਹੀਂ। ਲਓ ਸਾਹਮਣੇ ਦੇਖੋ ਆ ਗੱਭਰੂ ਇਹ ਬੰਦੇ ਇੱਥੇ ਰੱਖਦਾ ਖੜਕਾ ਦੜਕਾ ਇਹ ਬੰਦੇ ਛਾਵਾ 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 ਲਓ ਫੇਸਬੁੱਕ ਕਬੱਡੀ ਪਾ ਕੇ ਬਹੁਤ ਸਾਰਾ ਲਾਉ ਜੀ ਮੈਚ ਦੀ ਸਮਾਪਤੀ ਹੈ ਜੀ ਤਾੜੀ ਮਾਰ ਦੋ ਦਰਸ਼ਕ ਦੋਨੋਂ ਟੀਮਾਂ ਦੇ ਨਾਲ ਸਾਡਾ ਵੀ ਪੁਆਇੰਟ ਦੱਸੋ ਜੀ ਸਾਡੇ 16 ਪੁਆਇੰਟ ਕਰਨੀ ਸਰ ਦੇ 26 ਪੁਆਇੰਟ 18 ਵੀ ਹੈ ਦੋਨੋਂ ਟੀਮਾਂ ਇੱਥੇ ਆ ਕੇ ਆਪਣਾ ਇਨਾਮ ਲੈ ਲੈਣ ਹੈ ਦੋਨੋਂ ਟੀਮਾਂ ਦੇ ਨਾਲ ਪ੍ਰੋਫੈਸਰ ਤੋਂ ਬਹੁਤ ਸੋਹਣੇ ਪਲੇਅਰ ਹੈ ਸਾਡੇ ਵੀਰ ਨੇ ਇਹ ਵੀ ਪਰਲੇ ਪਾਸੇ ਗਈ ਰੇਡ ਆ ਮੁੰਡੇ ਨੇੜੇ ਵਾਲਾ ਸਾਹ ਦੇਖੋ ਇਹ ਨੇੜੇ ਵਾਲਾ ਸੀ ਨਹੀਂ ਆਉਣਾ ਪੈਰ ਨਹੀਂ ਇੱਧਰ ਉਹਦਾ ਹੀ ਸਹੀ ਸਹੀ ਆ ਉੱਧਰ ਹੀ ਸੀਗਾ ਤੁਸੀਂ ਬੈਠ ਜਾਓ ਵੀਰੇ ਬਾਈ ਪਲੇਅਰ ਬੈਠ ਜਾਣਗੇ ਕੋਈ ਗੱਲ ਨਹੀਂ ਬਾਬੀ ਆ ਜਾ ਚੱਲ ਅਰਦੀਪ ਆ ਜਾ ਕੁਲਪੀ ਅਜੂ ਬੱਚੇ ਨਾਲ ਹੀ ਨਹੀਂ ਫੋਟੋ ਵਾਲਾ ਤੁਸੀਂ ਦੇਖੋ ਵੀਰੇ ਵੀਰੇ ਲੈਣ ਚ ਲੈਣ ਚ ਦੂਜੀ ਤੱਕ ਨਾ ਬੈਠੋ ਸਾਰਿਆਂ ਦੀ ਆਊਗੀ ਫੋਟੋ ਕੋਈ ਗੱਲ ਨਹੀਂ ਮੰਨੋ ਸਾਡਾ ਪੁੱਤ ਆ ਜਾ ਬੜਾ ਦੋਨੋਂ ਟੀਮਾਂ ਦੇ ਨੂੰ ਮਾਨ ਸਨਮਾਨ ਪ੍ਰਾਈਜ਼ ਦੇ ਰਿਹਾ ਹੈ ਦੋਨੋਂ ਟੀਮਾਂ ਨੂੰ ਮੁਬਾਰਕਬਾਦ ਬੋਲੇ ਈਸ਼ੋ ਨਿਹਾਰ